ਬੂਥਗੜ੍ਹ ਜ਼ੋਨ ਤੋਂ ਭਾਜਪਾ ਉਮੀਦਵਾਰ ਬਲਵਿੰਦਰ ਸਿੰਘ ਜੇਤੂ। ਹੁਸ਼ਿਆਰਪੁਰ ਦੇ ਬੂਥਗੜ੍ਹ ਜ਼ੋਨ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਜੇਤੂ ਰਹੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਨੇ 40 ਸਾਲ ਬਾਅਦ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਬਲਵਿੰਦਰ ਸਿੰਘ ਨੇ ਉਹਨਾਂ ਨੂੰ ਜਿਤਾਉਣ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਹੁਸ਼ਿਆਰਪੁਰ ਤੋਂ ਅਜੀਤ ਵੈੱਬ ਟੀਵੀ ਲਈ ਹਰਜਾਪ ਸਿੰਘ ਦੀ ਰਿਪੋਰਟ। ਕਿੰਨੇ ਸਾਲ ਬਾਅਦ ਆਈ ਅਸੀਂ 40 ਸਾਲ ਕਾਂਗਰਸ ਨੇ ਕੀਤਾ।